ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਨੌਵਾਂ। ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਹੀ ਸਿਉਂ ਜਗ ਪਾਉਂਦਿਓ, ਕੋ ਕਾਹੂ ਕੋ ਨਾਹੀ। ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉਂ ਹੀ ਜਗ ਪਾਉਂਦਿਓ, ਕੋ ਕਾਹੂ ਕੋ ਨਾਹੀ। ਰਹਾਉ ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ ਕੀ ਰਹਿ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾ ਸਿਉਂ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸਤ ਜੀ ਹੈ ਕਾਇਆ, ਪ੍ਰੀਤ ਪ੍ਰੀਤ ਕਰ ਭਾਗੀ। ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਂ ਸਿਉਂ ਨਿਹੋ ਲਗਾਇਓ। ਅੰਤ ਵਾਰ ਨਾਨਕ ਬਿਨ ਹਰਜੀ, ਕੋ ਕਾਮ ਨਾ ਆਇਓ। ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਂ ਸਿਉਂ ਨਿਹੋ ਲਗਾਇਓ। ਅੰਤ ਵਾਰ ਨਾਨਕ ਬਿਨ ਹਰਜੀ, ਕੋ ਕਾਮ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ। ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ, ਹੇ ਮਿੱਤਰ, ਆਪਣੇ ਮਨ ਵਿੱਚ ਇਹ ਗੱਲ ਪੱਕੀ ਕਰਕੇ ਸਮਝ ਲੈ ਕਿ ਸਾਰਾ ਸੰਸਾਰ ਆਪਣੇ ਸੁੱਖ ਨਾਲ ਹੀ ਬੱਝਾ ਹੋਇਆ। ਕੋਈ ਵੀ ਕਿਸੇ ਦਾ ਤੋੜ ਨਿਭਾਉਣ ਵਾਲਾ ਸਾਥੀ ਨਹੀਂ ਬਣਦਾ। ਠਹਿਰਾਓ। ਹੇ ਮਿੱਤਰ, ਜਦੋਂ ਮਨੁੱਖ ਸੁੱਖ ਵਿੱਚ ਹੁੰਦਾ ਹੈ, ਤਦੋਂ ਕਈ ਯਾਰ ਦੋਸਤ ਮਿਲ ਕੇ ਉਸ ਪਾਸ ਬੈਠਦੇ ਹਨ ਅਤੇ ਉਸ ਨੂੰ ਚੌਹੀ ਪਾਸੇ ਘੇਰੀ ਰੱਖਦੇ ਹਨ। ਪਰ ਜਦੋਂ ਉਸ ਨੂੰ ਕੋਈ ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ। ਫਿਰ ਕੋਈ ਵੀ ਉਸਦੇ ਨੇੜੇ ਨਹੀਂ ਢੁੱਕਦਾ। ਹੇ ਮਿੱਤਰ, ਘਰ ਦੀ ਇਸਤਰੀ ਵੀ ਜਿਸ ਨਾਲ ਬੜਾ ਪ੍ਰੇਮ ਹੁੰਦਾ ਹੈ, ਜਿਹੜੀ ਸਦਾ ਖਸਮ ਦੇ ਨਾਲ ਲੱਗੀ ਰਹਿੰਦੀ ਹੈ, ਜਿਸ ਹੀ ਵੇਲੇ ਪਤੀ ਦਾ ਜੀਵ ਆਤਮਾ ਇਸ ਸਰੀਰ ਨੂੰ ਛੱਡ ਦਿੰਦਾ, ਇਸਤਰੀ ਉਸ ਤੋਂ ਇਹ ਆਖ ਕੇ ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁੱਕਾ ਹੈ, ਇਹ ਮਰ ਚੁੱਕਾ ਹੈ। ਹੇ ਨਾਨਕ, ਆਖ ਹੇ ਮਿੱਤਰ, ਦੁਨੀਆ ਦਾ ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ ਮਨੁੱਖ ਨੇ ਪਿਆਰ ਪਾਇਆ ਹੋਇਆ ਹੈ। ਪਰ ਹੇ ਮਿੱਤਰ, ਅਖੀਰਲੇ ਸਮੇਂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਮਨੁੱਖ ਦੀ ਮਦਦ ਨਹੀਂ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟਲਡ ਬਾਏ ਆਵਰ 9th ਗੁਰੂ, ਗੁਰੂ ਤੇਗ ਬਹਾਦਰ ਜੀ, ਅੰਡਰ ਹੈਡਿੰਗ ਸੋਰਠ 9th ਮਹਿਲ। ਗੁਰੂ ਸਾਹਿਬ ਜੀ ਸੇਇੰਗ ਦੈਟ, ਓ ਡੀਅਰ ਫਰੈਂਡ, ਨੋ ਦਿਸ ਇਨ ਯੂਅਰ ਮਾਇੰਡ, ਦ ਵਰਲਡ ਇਜ਼ ਐਂਟੈਂਜਲਡ ਇਨ ਇਟਸ ਓਨ ਪਲੇਅਰਸ, ਨੋ ਵਨ ਇਜ਼ ਫਾਰ ਐਵਰੀ ਵਨ ਐਨੀ ਵਨ ਐਲਸ ਪਾਸ ਇਨ ਗੁੱਡ ਟਾਈਮਸ ਮੈਨੀ ਕਮ ਐਂਡ ਸਿੱਟ ਟੂਗੈਦਰ ਸਰਾਊਂਡਿੰਗ ਯੂ ਔਨ ਆਲ ਫੋਰ ਸਾਈਡਸ, ਬਟ
When hard times comes, they all leave and no one comes near you. Your wife, whom you love so much and who has remained ever attached to you, runs away crying, ghost, ghost. As soon as the swan soul leaves this body, this is the way they act. Those who love so much at the very last moment, O Nanak, no one is any use at all except the dear Lord. Vaheguru Ji Ka Khalsa, Vaheguru Ji Ki Fateh.